ਸਿੱਖਸ ਐਵਰੀਵੇਅਰ ਯੂਟਿਊਬ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ। ਅੱਜ ਅਸੀਂ ਗੱਲ ਕਰਾਂਗੇ ਜੀ ਪੰਜਾਬ ਦੀ ਪ੍ਰਸਿੱਧ ਪ੍ਰਥਾ ਨਿਹੰਗ ਪ੍ਰਥਾ ਬਾਰੇ, ਤੇ ਉਸ ਲਈ ਪਹੁੰਚੇ ਆ ਗਿਆਨੀ ਮੇਜਰ ਸਿੰਘ ਜੀ ਕੋਲ, ਤੇ ਜਿਨ੍ਹਾਂ ਕੋਲ ਅਸੀਂ ਨਿਹੰਗ ਪ੍ਰਥਾ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਤੁਹਾਡੇ ਕੋਲ ਨਿਹੰਗ ਪ੍ਰਥਾ ਜਿਹੜੀ ਸਾਡੀ ਪਰੰਪਰਾ ਚੱਲਦੀ ਆ ਰਹੀ ਹੈ ਬਹੁਤ ਪੁਰਾਤਨ, ਅਸੀਂ ਉਹ ਪਰੰਪਰਾ ਬਾਰੇ ਤੁਹਾਡੇ ਕੋਲ ਜਾਣਨ ਆਏ ਹਾਂ। ਤੇ ਵੀਰ ਜੀ, ਇਸ ਲਈ ਤੁਹਾਡੇ ਕੋਲ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਜਿਹੜੀ ਨਿਹੰਗ ਪ੍ਰਥਾ ਹੈ, ਇਹ ਪ੍ਰਥਾ ਕਿੱਥੋਂ ਤੇ ਕਿਵੇਂ ਸ਼ੁਰੂ ਹੋਈ? ਇਹ ਪ੍ਰਥਾ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਮੀਰੀ ਪੀਰੀ ਮਾਲ ਹਰਗੋਬਿੰਦ ਪਾਤਸ਼ਾਹ ਤੋਂ ਹੋਈ ਸੀ, ਪਰ ਇਸ ਨੂੰ ਜਿਹੜਾ ਰੰਗ ਦਿੱਤਾ ਗਿਆ ਜਾ ਕੇ ਅਖੀਰ 'ਤੇ, ਉਹ ਗੁਰੂ ਗੋਬਿੰਦ ਸਿੰਘ ਜੀ ਸਮੇਂ ਬਾਬਾ ਫਤਿਹ ਸਿੰਘ ਜੀ ਨੇ ਦੁਮਾਲੇ ਵੀ ਉਹਨਾਂ ਉੱਚੇ ਚਾੜੇ, ਸਭ ਤੋਂ ਪਹਿਲਾਂ ਉਹਨਾਂ ਦੁਮਾਲਾ ਬੱਧਾ, ਅਤੇ ਜਿਹੜੇ ਚੋਲੇ ਆ ਇਹ ਪੁਰਾਤਨ ਰਾਜਿਆਂ ਦੀ ਪੁਸ਼ਾਕ ਹੈ ਸਾਡੀ। ਜਿਵੇਂ ਕਿ ਹਾਂ, ਉਹ ਚੋਲਾ ਅਸੀਂ ਤੁਹਾਡੇ ਦਾ ਦੇਖ ਹੀ ਰਹੇ ਹਾਂ ਕਿ ਤੁਸੀਂ ਚੋਲਾ ਸਜਾਇਆ ਬਹੁਤ ਵਧੀਆ। ਅਤੇ ਜਿਹੜੇ ਨਿਹੰਗ ਸਿੰਘ ਨੇ ਘੋੜ ਸਵਾਰੀ, ਅਸੀਂ ਦੇਖਿਆ ਨਿਹੰਗ ਸਿੰਘਾਂ ਨੂੰ ਘੋੜ ਸਵਾਰੀ ਕਰਦੇ ਹੋਏ, ਜੋ ਤੁਸੀਂ ਨਿਹੰਗ ਪ੍ਰਥਾ ਸ਼ੁਰੂ ਕਰਦੇ ਤੁਹਾਨੂੰ ਉਹਦੇ ਸਿਖਾ ਦਿੱਤੀ ਜਾਂਦੀ ਹੈ? ਇਹ ਜੀ ਸਾਡਾ ਨੇਮ ਆ ਬਾਣੀ ਸ਼ਸਤਰ ਘੋੜ ਸਵਾਰੀ, ਇਹ ਜਦੋਂ ਆਪਾਂ ਇਸ ਮਿਸ਼ਨ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਾਂ ਇਹ ਸਾਡਾ ਮਿਸ਼ਨ ਦੀ ਤਰ੍ਹਾਂ, ਮਤਲਬ ਨਿਤਨੇਮ ਦੀ ਤਰ੍ਹਾਂ ਬਣ ਜਾਂਦਾ। ਯਾਨੀ ਕਿ ਘੋੜ ਸਵਾਰੀ ਜਦੋਂ ਤੁਸੀਂ ਨਿਹੰਗ ਪ੍ਰਥਾ ਸ਼ੁਰੂ ਕਰਦੇ ਹੋ ਅਤੇ ਜਿਵੇਂ ਤੁਸੀਂ ਬਾਣੀ ਪੜ੍ਹਦੇ ਹੋ ਅਤੇ ਉਸੇ ਤਰ੍ਹਾਂ ਤੁਹਾਨੂੰ ਘੋੜ ਸਵਾਰੀ ਵੀ ਰੋਜ਼ ਸਿਖਾਈ ਅਤੇ ਸ਼ਸਤਰ ਵਿੱਦਿਆ ਤੁਹਾਨੂੰ ਰੋਜ਼ ਸਿਖਾਈ ਜਾਂਦੀ ਆ। ਅਸੀਂ ਦੇਖ ਰਹੇ ਹਾਂ, ਸਾਡੇ ਸਰੋਤੇ ਵੀ ਸਾਰੇ ਦੇਖ ਰਹੇ ਨੇ ਕਿ ਦੁਮਾਲਾ ਬਹੁਤ ਸੋਹਣਾ ਤੁਸੀਂ ਸਜਾਇਆ ਆਪਣੇ ਸਿਰ 'ਤੇ, ਕੀ ਦੁਮਾਲੇ ਦਾ ਇਤਿਹਾਸ ਕੀ ਹੈ ਜਿਹੜਾ ਅਸੀਂ ਸਜਾਇਆ ਸਿੱਖਾਂ 'ਚ? ਦੁਮਾਲਾ ਜਿਹੜਾ ਇੱਕ ਤਾਂ ਰਾਜਿਆਂ ਦੀ ਪੁਸ਼ਾਕ 'ਚ ਆ ਗਿਆ, ਦੂਸਰਾ ਇਸ 'ਤੇ ਟੋਪ ਨਹੀਂ ਪਹਿਨ ਸਕਦੇ, ਵੱਡੇ ਦੁਮਾਲੇ ਸੁੰਦਰ ਦੁਮਾਲੇ ਚੱਕਰ ਉੱਤੇ ਪਾਉਣੇ, ਕਵਚ ਦਾ ਕੰਮ ਕਰਦੇ ਆ ਜਿਹੜੇ ਚੱਕਰ ਪਹਿਨਦੇ ਆ, ਸ਼ਸਤਰ ਦਾ ਜਿਹੜਾ ਸ਼ਿੰਗਾਰ ਸ਼ਸਤਰ ਸਾਡਾ ਸ਼ਿੰਗਾਰ ਨੇ, ਸ਼ਸਤਰਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਪੀਰਾਂ ਦਾ ਖਿਤਾਬ ਵੀ ਦਿੱਤਾ, ਖੰਡੋ ਖੜਕ ਤੁਬਕ ਤਬਰਾ ਤੀਰ ਸੈਫ ਸਰੋਈ ਸੈਥੀ ਜਹੀ ਮਾਰੇ ਪੀਰ, ਸਤਿਗੁਰਾਂ ਇਹਨਾਂ ਨੂੰ ਪੀਰ ਕੇ ਕੇ ਸਤਿਕਾਰਿਆ ਅਤੇ ਇਹਨਾਂ ਦਾ ਸਤਿਕਾਰ, ਸ਼ਸਤਰ ਪਹਿਨਣ ਨਾ ਕਿਸੇ ਦਾ ਭਲਾ ਆਪਣਾ ਭਲਾ, ਸ਼ਸਤਰ ਪਹਿਨਣ ਨੂੰ ਕੋਈ ਲਾਗੇ ਨਹੀਂ ਆਉਂਦਾ। ਦੂਸਰੀ ਇਹ ਮੁਗਲਾਂ ਦੇ ਟਾਈਮ 'ਤੇ ਜੰਗਾਂ ਦੇ ਟਾਈਮ 'ਤੇ ਇਹ ਜਿਹੜਾ ਸੀ ਆਪਣੀ ਸਵੈ ਰੱਖਿਆ ਲਈ, ਅਤੇ ਬਾਕੀ ਇਹਨਾਂ ਨੂੰ ਪੀਰਾਂ ਦਾ ਖਿਤਾਬ ਤੇ ਬਾਕੀ ਤੁਸੀਂ ਦੱਸ ਰਹੇ ਹੋ ਕਿ ਪੁਰਾਤਨ ਸਮੇਂ ਜੋ ਜੰਗਾਂ ਹੁੰਦੀਆਂ ਸੀ ਅਤੇ ਸਿੱਖ ਆਪਣੇ ਸਿਰ 'ਤੇ ਟੋਪੀ ਨਹੀਂ ਸੀ ਪਹਿਨਦੇ, ਉਹ ਦੁਮਾਲਾ ਸਜਾ ਕੇ ਅਤੇ ਉੱਤੇ ਚੱਕਰ ਲਾ ਕੇ ਸ਼ਸਤਰ ਲਾ ਕੇ ਆਪਣੇ ਆਪ ਦੀ ਸੁਰੱਖਿਆ ਕਰਦੇ ਸੀ। ਹੋਵੇ ਸਿੱਖ ਸਿਰ ਟੋਪੀ ਧਰੇ ਸਤ ਜਨਮ ਕੁਸ਼ਤੀ ਉਮਰ। ਚੱਲ, ਚੋਲਾ ਤੁਸੀਂ ਵੀਰ ਜੀ ਪਹਿਨਾ ਹੈ ਚੋਲਾ, ਤੁਸੀਂ ਚੋਲੇ ਦੇ ਬਾਰੇ ਵੀ ਸਾਨੂੰ ਦੱਸਣਾ ਚਾਹੋ ਕਿ ਅਸੀਂ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਜਿਹੜਾ ਤੁਸੀਂ ਚੋਲਾ ਪਾਇਆ ਹੈ, ਬਾਣਾ ਪਾਇਆ ਹੈ, ਇਹ ਬਾਣੀ ਦੀ ਸ਼ੁਰੂਆਤ ਕਿਸ ਤਰ੍ਹਾਂ ਸੀ ਅਤੇ ਕਿੰਨੇ ਸਭ ਤੋਂ ਪਹਿਲਾਂ ਇਹ ਬਾਣਾ ਪਹਿਨਦੇ ਹਾਂ ਨਿਹੰਗ ਪ੍ਰਥਾ ਵਿੱਚ? ਨਿਹੰਗ ਪ੍ਰਥਾ ਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਤੋਂ ਸਾਡੇ ਚੱਲ ਪਿਆ ਸੀ ਚੋਲਾ, ਗੁਰੂ ਨਾਨਕ ਸਾਹਿਬ ਤੋਂ ਚੱਲ ਪਿਆ ਸੀ, ਰੰਗ ਰੂਪ ਇਹਦੀ ਰੂਪ ਰੇਖਾ ਜਿਹੜੀ ਆ ਕੇ ਛੇਵੇਂ ਪਾਤਸ਼ਾਹ ਨੇ ਬਣਾਈ ਆ, ਕਿਉਂ ਚੋਲੇ ਦੇ ਨਾਲ ਪਹਿਲੋਂ ਪੀਰ ਸਨ ਅਤੇ ਫਿਰ ਮੀਰੀ ਨਾਲ ਧਾਰਨ ਕੀਤੀ, ਮੀਰੀ ਭਾਵ ਰਾਜੇ ਹੁੰਦਾ, ਮਤਲਬ ਜਿਹੜਾ ਇਹਨਾਂ ਨੇ ਦੱਸਿਆ ਸ਼ਸਤਰ ਜਿਹੜੇ ਆ ਇਹ ਵੀ ਪਹਿਨੇ ਮਾਰੇ, ਦੋ ਤੇਗਾਂ ਪਹਿਨੀਆਂ, ਕਲਗੀ ਲਾਈ, ਦੁਮਾਲੇ ਪਹਿਨੇ, ਬਾਦਸ਼ਾਹੀ ਦਸਤਾਰਾਂ, ਬਾਦਸ਼ਾਹੀ ਚੋਲਾ, ਬਾਦਸ਼ਾਹਾਂ ਦੀ ਪੁਸ਼ਾਕ ਆ। ਮਹਾਰਾਜ ਨੇ ਰੰਗਜੀਵ ਨੇ ਐਲਾਨ ਕੀਤਾ ਅਸੀਂ ਕੋਈ ਘੋੜੀ 'ਤੇ ਨਹੀਂ ਚੜ੍ਹ ਸਕਦਾ, ਕੋਈ ਵੱਡਾ ਦੁਮਾਲਾ ਸਿਰ 'ਤੇ ਦਸਤਾਰ ਨਹੀਂ ਲਾ ਸਕਦਾ, ਪੈਰੀ ਜੁੱਤੀ ਨਹੀਂ ਪਾ ਸਕਦਾ, ਅਤੇ ਚੈਲੰਜ ਕੀਤਾ ਫਿਰ ਘੋੜਿਆਂ 'ਤੇ ਚੜ੍ਹਾਂਗੇ, ਵੱਡੇ ਦੁਮਾਲੇ ਵੀ ਲਾਵਾਂਗੇ, ਸ਼ਸਤਰੂ ਵੀ ਪਹਿਨਾਂਗੇ। ਇਹ ਰੰਗਜੀਵ ਨੂੰ ਮੁਗਲ ਸਰਕਾਰ ਨੂੰ ਇਹ ਚੈਲੰਜ ਕੀਤਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਜਿਹੜੇ ਅਸੀਂ ਚੋਲੇ ਵੀ ਪਾਵਾਂਗੇ, ਅਸੀਂ ਦੁਮਾਲੇ ਵੀ ਸਜਾਵਾਂਗੇ, ਅਸੀਂ ਘੋੜ ਸਵਾਰੀ ਕਰਾਂਗੇ, ਕਿ ਸਿੱਖ ਇੱਕ ਰਾਜੇ ਦੀ ਤਰ੍ਹਾਂ ਰਾਜਾ, ਬਿਲਕੁਲ ਸਿੱਖਾਂ ਨੂੰ ਯਾਨੀ ਕਿ ਦੱਸ ਰਹੇ ਨੇ ਵੀਰ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਰਾਜੇ ਬਣਾਇਆ, ਚੋਲਾ ਪਹਿਨ ਕੇ ਦੁਮਾਲਾ ਸਜਾ ਕੇ ਅਸੀਂ ਕਿਸੇ ਦੇ ਗੁਲਾਮ ਨਹੀਂ ਆ, ਠੀਕ ਹੈ, ਅਸੀਂ ਇੱਕ ਰਾਜੇ ਦੀ ਤਰ੍ਹਾਂ, ਰਾਜੇ ਦੀ ਪੁਸ਼ਾਕ ਇੱਕ। ਅਤੇ ਤੁਸੀਂ ਜਿਹੜਾ ਦੁਮਾਲਾ ਜਦੋਂ ਸਜਾਉਂਦੇ ਹੋ ਤਾਂ ਕੁਛ ਬਾਣੀ ਵੀ ਪੜ੍ਹਦੇ ਹੋ ਨਾਲ, ਕਿਉਂਕਿ ਅਸੀਂ ਸੁਣਿਆ ਹੈ ਕਿ ਜਦੋਂ ਦੁਮਾਲਾ ਸਜਾਉਂਦੇ ਨੇ ਨਿਹੰਗ ਸਿੰਘ ਉਹ ਕੁਝ ਬਾਣੀ ਵੀ ਪੜ੍ਹਦੇ ਨਾਲ? ਦੁਮਾਲਾ ਸਜਾਉਂਦਿਆਂ ਜਾਪ ਕਰਨਾ, ਦੁਮਾਲਾ ਸਜਾ ਕੇ ਜੰਪੂਰ ਦੁਮਾਲਾ ਸਜਾਇਆ ਜਾਂਦਾ, ਉਸ ਤੋਂ ਬਾਅਦ ਫਿਰ ਸਲੋਕ ਪੜ੍ਹਦੇ ਹਾਂ, ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੁਰਾ ਦੀ ਅੰਤ ਨਾ ਪਾਰਾ ਵਾਰ, ਸੱਜੇ ਜੋ ਦੁਮਾਲਾ ਛੁੱਟੇ ਖੂਹ ਫਰਲਾ, ਅੱਜ ਵੀ ਸੋਏ ਚੱਕਰ ਖੰਡੇ ਤੋੜੇ ਵਾਲਾ, ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੇਗਾ ਤੋਰ ਜੈਸਾ ਪੰਥ ਐਸਾ ਮੁਖ ਚਲਾਇਆ, ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਦੀਨ ਮਜਬਕਾ ਜੋ ਜੋ ਕਿੰਨਾ, ਖੰਡਾ ਦੋ ਫੜਿਆ ਦੋ ਤਾਰਾ ਹੈ, ਸ਼ਹੀ ਮਈ ਸਭ ਮਾਰ ਦੂਰ ਕਿੰਨੀ, ਸਲੋਤਰ ਫੜਿਆ ਕਰਾਰਾ ਹੈ,
गगन मंडल में बुंगा हमारा मां कार खुआरा है सिर पर मुकुट मुकुट पर चक्कर आया जब लारा है नाम गुरु गोविंद सिंह जी तो अदा के शीश मारा है लटपट परले साज रहे और शब्दर की पहचनकार प्रगटो गुरु गोविंद सिंह साहब ने सब को लिया दा वाहेगुरु जी का खालसा वाहेगुरु जी की फतेह जिकारे के जावे नाल हो जावे चीदा सिंघा नु पावे सत श्री अकाल गुरभरि अकाल देख तीख फतेह गुरु नानक पातशाह दी हर बदान फतेह अरे सो चढ़े चरण पर सो तरे वाहेगुरु जी का खालसा वाहेगुरु जी की फतेह ਬਹੁਤ ਵਧੀਆ ਵੀਰ ਜਾਣੀ ਕਿ ਆਹ ਦੀ ਬਾਣੀ ਪੜ੍ਹ ਕੇ ਤੇ ਫਿਰ ਦਮਾਦਾ ਸਜਾਉਂਦੀ ਠੀਕ ਹੈ ਬਹੁਤ ਵਧੀਆ ਤੇ ਵੀਰ ਜੀ ਤੁਹਾਡੇ ਕੋਲ ਵੀ ਜਾਣਾ ਚਾਹੇਗੀ ਅਸੀਂ ਵੇਖਿਆ ਨਿਹੰਗ ਸਿੰਘ ਜਿਹੜੇ ਨਿਹੰਗ ਸਿੰਘ ਸੱਜੇ ਹੁੰਦੇ ਨੇ ਇਹਨਾਂ ਨੂੰ ਸ਼ਸਤਰ ਵਿੱਦਿਆ ਬਹੁਤ ਵਧੀਆ ਢੰਗ ਨਾਲ ਆਉਂਦੀ ਹੈ ਤੇ ਸ਼ਸਤਰ ਵਿੱਦਿਆ ਤੁਹਾਨੂੰ ਸ਼ਸਤਰ ਵਿੱਦਿਆ ਸਿਖਲਾਈ ਵੀ ਤੁਹਾਨੂੰ ਨਾਲ ਨਾਲ ਦਿੱਤੀ ਜਾਂਦੀ ਜੀ ਜਿਸ ਤਰ੍ਹਾਂ ਮਤਲਬ ਸਾਡਾ ਬਾਣੀਆਂ ਦਾ ਨੇਮ ਆ ਬਾਣੀ ਪੜ੍ਹਨੀ ਸ਼ਸਤਰ ਵਿੱਦਿਆ ਸ਼ਸਤਰ ਜਿਹੜੇ ਆ ਇਹ ਮੁੱਢਕ ਥੀਮ ਤੋਂ ਹੀ ਛੇਵੇਂ ਪਾਤਸ਼ਾਹ ਤੋਂ ਚੱਲਿਆ ਆ ਰਿਹਾ ਇਹ ਜਿਹੜਾ ਐਡਮਿਸ਼ਨ ਸ਼ਾਮਿਲ ਹੋ ਜਾਂਦਾ ਉਹਦੇ ਲਈ ਲਾਜ਼ਮੀ ਹੋ ਜਾਂਦਾ ਸ਼ਸਤਰ ਵਿੱਦਿਆ ਸਿੱਖਣੀ ਉਹਦੇ ਲਈ ਲਾਜ਼ਮੀ ਲਾਜ਼ਮੀ ਆ ਤੇ ਸ਼ਸਤਰ ਵਿੱਦਿਆ ਵੀਰ ਜੀ ਕੀ ਸਾਨੂੰ ਕੀ ਫਾਇਦਾ ਹੈ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਸ਼ਸਤਰ ਵਿੱਦਿਆ ਨਾਲ ਕੀ ਹੁੰਦਾ ਹੈ ਇਹ ਕਾਹਦੇ ਲਈ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਇਹ ਦਾਤ ਕਿ ਤੁਸੀਂ ਸ਼ਸਤਰ ਵਿੱਦਿਆ ਸਿੱਖੋ ਪ੍ਰਾਤਨ ਸਮੇਂ ਤੇ ਮਤਲਬ ਜਦੋਂ ਜੰਗਾਂ ਯੁੱਧਾਂ ਦੇ ਟਾਈਮ ਸੀ ਵਿੱਦਿਆ ਦੇ ਵਿੱਚ ਜਿਹੜਾ ਮਾਹਰ ਸੀ ਬੰਦਾ ਉਹ ਆਪਣੀ ਜੰਗ ਦੇ ਵਿੱਚ ਨਿਪੁੰਨ ਰਹਿੰਦਾ ਸੀ ਤੇ ਹੁਣ ਤੇ ਬਾਅਦ ਦੇ ਵਿੱਚ ਇਹ ਸਾਨੂੰ ਲਾਜ਼ਮੀ ਬਣ ਗਿਆ ਸ਼ਸਤਰ ਸ਼ਿੰਗਾਰ ਸ਼ਸਤਰ ਪੀਰ ਖੰਡੋ ਖੜਗ ਤੁਬਕ ਦਾ ਤੀਰ ਸਹਿ ਸਰੋਈ ਸਹਿਤੀ ਜਹੀ ਮਾਰੇ ਪੀਰ ਮਾਰੇ ਨੇ ਪੀਰਾਂ ਖਿਤਾਬ ਦਿੱਤਾ ਸ਼ਸਤਰਾਂ ਨੂੰ ਮਾਰੇ ਪਲੰਘਾ ਮਿਲਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਸ਼ਸਤਰਾਂ ਨੂੰ ਪਲੰਘੇ ਦੇ ਮਤਲਬ ਇਹਨਾਂ ਨੂੰ ਸਜਾਇਆ ਤੁਹਾਡੇ ਕਹਿਣ ਦਾ ਮਤਲਬ ਕਿ ਸ਼ਸਤਰਾਂ ਨੂੰ ਗੁਰੂ ਜੀ ਨੇ ਪੀਰ ਦਾ ਖਿਤਾਬ ਪੀਰ ਦਾ ਖਿਤਾਬ ਦਿੱਤਾ ਕਿਉਂ ਮਾਰੀ ਰੱਖਿਆ ਕਰਦੇ ਸਾਡੀ ਰੱਖਿਆ ਲਈ ਰੱਖਿਆ ਲਈ ਇਹ ਸਾਡੀ ਰੱਖਿਆ ਲਈ ਹੈ ਕਿਸੇ ਦੇ ਜ਼ੁਲਮ ਹੋ ਰਿਹਾ ਉਹਨੂੰ ਬਚਾਉਣ ਲਈ ਸ਼ਸਤਰ ਵਰਤੇ ਜਾਂਦੇ ਆ ਨਾ ਕਿ ਕਿਸੇ ਨੂੰ ਕਿਸੇ ਤੇ ਜ਼ੁਲਮ ਕਰਨ ਲਈ ਇਹ ਕਿਸੇ ਤੇ ਜ਼ੁਲਮ ਕਰਨ ਵਾਸਤੇ ਨਹੀਂ ਸਵੈ ਰੱਖਿਆ ਵਾਸਤੇ ਕਿਸੇ ਗਰੀਬ ਦੀ ਮਜ਼ਲੂਮ ਦੀ ਪੱਤ ਰੱਖਣ ਵਾਸਤੇ ਉਹਦੀ ਰਾਖੀ ਕਰਨ ਵਾਸਤੇ ਇਹ ਸ਼ਸਤਰ ਸਾਨੂੰ ਦਿੱਤੇ ਮਾਂ ਗੁਰੂ ਮਹਾਰਾਜ ਨੇ ਸਾਨੂੰ ਲਾਓ ਕੀਤੇ ਵੀਰ ਜੀ ਜਿਹੜਾ ਸਿੱਖਾਂ ਦਾ ਸਾਡਾ ਇਤਿਹਾਸ ਹੈ ਨਿਹੰਗ ਪ੍ਰਥਾ ਦੇ ਵਿੱਚ ਵੀ ਆਉਂਦਾ ਹੈ ਸਾਰਾ ਕਿ ਨਿਹੰਗ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਸ਼ੁਰੂ ਹੋਈ ਠੀਕ ਹੈ ਇਹ ਇਤਿਹਾਸ ਦਾ ਮੁੱਢ ਕਿੱਥੋਂ ਸ਼ੁਰੂ ਹੋਇਆ ਯਾਨੀ ਕਿ ਪੁਰਾਤਨ ਪਰੰਪਰਾ ਕਿਸ ਤਰ੍ਹਾਂ ਚੱਲੀ ਇਹਦੀ ਸਾਨੂੰ ਦੱਸਣਾ ਚਾਹੋ ਸਾਡੇ ਸਰੋਤਾਂ ਨੂੰ ਦੱਸਣਾ ਚਾਹੋ ਤੇ ਬੜੀ ਵਧੀਆ ਗੱਲ ਹੋਈ ਜੀ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਦੋਂ ਪ੍ਰਕਾਸ਼ ਇਸ ਮਾਤ ਲੋਕ ਤੇ ਆਏ ਆਪ ਅਵਤਾਰ ਧਾਰਿਆ ਨਿਰੰਕਾਰ ਨੇ ਹਿੰਦੁਸਤਾਨ ਦੇ ਵਿੱਚ ਜ਼ੁਲਮ ਬਹੁਤ ਵੱਧ ਚੁੱਕਾ ਸੀ ਇਸ ਨੂੰ ਡੱਕਣ ਵਾਸਤੇ ਇਹਨਾਂ ਨੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਿਸ਼ਨ ਚਲਾਇਆ ਮਿਸ਼ਨ ਦੀ ਸੇਵਾ ਕਰਦਿਆਂ ਕਰਦਿਆਂ ਦੂਸਰੇ ਘਰ 'ਚ ਜੋਤ ਗਈ ਹੋਰ ਪ੍ਰਚਾਰ ਵਧਿਆ ਤੀਸਰੇ 'ਚ ਘਰ 'ਚ ਗਈ ਗੁਰੂ ਅਮਰਦਾਸ ਜੀ ਸਿੱਖੀ ਪ੍ਰਚਾਰ ਹੋਣ ਲੱਗ ਪਿਆ ਬਾਣੀ ਗਾਇਨ ਹਰ ਚੀਜ਼ ਦਾ ਪਸਾਰਾ ਹੋਣ ਲੱਗਾ ਚੌਥੇ ਦੇ ਗਏ ਚੌਥੇ ਤੋਂ ਬਾਅਦ ਜੋ ਪੰਜਵੇਂ ਘਰ 'ਚ ਪ੍ਰਾਇਮਰੀ 'ਤੇ ਜਾ ਕੇ ਸਕੂਲ ਦਾ ਸਿਲੇਬਸ ਵੇਖ ਲਈ ਮਿਲਾ ਲਓ ਪ੍ਰਾਇਮਰੀ ਤੋਂ ਬਾਅਦ ਮਹਾਰਾਜ ਨੇ ਉਹਨਾਂ ਸ਼ਹਾਦਤ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਉਂ ਦਿੱਤੀ ਸ਼ਹਾਦਤ ਬਾਕੀ ਤਾਂ ਚਲੋ ਜਿਸ ਤਰ੍ਹਾਂ ਵੀ ਆ ਇਹਨਾਂ ਨੇ ਇਸ ਮਿਸ਼ਨ ਨੂੰ ਵੀਰਸ ਭਰਨ ਵਾਸਤੇ ਸ਼ਹਾਦਤ ਦਿੱਤੀ ਅਤੇ ਛੇਵੇਂ ਪਾਤਸ਼ਾਹ ਜੀ ਨੇ ਮਿਡਲ ਚੱਲ ਪਏ ਛੇਵੇਂ ਦੇ ਵਿੱਚ ਮਹਾਰਾਜ ਸ਼ਸਤਰ ਧਾਰ ਕੇ ਬਾਦਸ਼ਾਹ ਹੋਣ ਦਾ ਮਾਣ ਦਿੱਤਾ ਵੀ ਸਿੱਖ ਕੌਮ ਬਾਦਸ਼ਾਹ ਛੇਵੇਂ ਤੋਂ ਬਾਅਦ ਸੱਤਵੇਂ ਛੇਵੇਂ 'ਚ ਜੰਗਾਂ ਲੜੀਆਂ ਸੱਤਵੇਂ ਅੱਠਵੇਂ 'ਚ ਫਿਰ ਦੋ ਪੀੜ੍ਹੀਆਂ ਜਿਹੜੀਆਂ ਸੀ ਉਹ ਸ਼ਾਂਤਮਈ ਨਾਲ ਨਿਕਲੀਆਂ ਨਾਵੇਂ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਫਿਰ ਸ਼ਹਾਦਤ ਦਿੱਤੀ ਤੀ ਅੱਠਵੀਂ ਅਤੇ ਨਾਵੀਂ ਤੋਂ ਮਿਡਲ ਦੇ ਵਿੱਚ ਫਿਰ ਇਹਦਾ ਪੂਰਾ ਰੰਗ ਜਿਹੜਾ ਉਸ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬ ਜੀ ਨੇ ਬਣਾਇਆ ਅੰਮ੍ਰਿਤ ਦੀ ਦਾਤ ਦੇ ਕੇ ਇਹਨਾਂ ਨੂੰ ਨਿਹੰਗ ਸਿੰਘ ਸਜਾਇਆ ਪੌਲ ਦਿੱਤੀ ਉਹਨਾਂ ਤੋਂ ਫਿਰ ਆਪ ਗੋਬਿੰਦ ਰਾਏ ਜੀ ਦੇ ਨਾਂ ਨਾਲ 33 ਸਾਲ ਉਹਨਾਂ ਗੁਜ਼ਾਰੇ 33 ਸਾਲ ਜਦੋਂ ਅੰਮ੍ਰਿਤਸਰ ਦਿੱਤਾ ਮਹਾਰਾਜ ਉਦੋਂ ਲਗਭਗ 33 ਸਾਲ ਦੀ ਆਜੂ ਸੀ ਅਤੇ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਨੂੰ ਪੰਜਾਂ ਨੂੰ ਗੁਰਿਆਈ ਦਿੱਤੀ ਪੰਜ ਪਰਮੇਸ਼ਰ ਰੂਪ ਗੁਰਿਆਈ ਦੇ ਕੇ ਉਹਨਾਂ ਕੋਲ ਪੌਲ ਲਈ ਅਤੇ ਖਾਲਸੇ ਨੂੰ ਗੁਰੂ ਹੋਣ ਦਾ ਮਾਣ ਦਿੱਤਾ ਪਰ ਖਾਲਸਾ ਜਿਹੜਾ ਇਹ ਫੌਜ ਆ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਇਹ ਰਾਸ਼ਟਰਪਤੀ ਦੇ ਬਰਾ ਰਾਸ਼ਟਰਪਤੀ ਸਾਡਾ ਰਾਸ਼ਟਰਪਤੀ ਸਿੱਖਾਂ ਦਾ ਕਿਉਂ ਫੌਜ ਜਿਹੜੀ ਸਾਰੀ ਰਾਸ਼ਟਰਪਤੀ ਦਾ ਮਤਹਿਤ ਹੁੰਦੀ ਆ ਅਸੀਂ ਮਤਹਿਤ ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਤ ਤੇ ਅਸੀਂ ਗਿਆਨੀ ਮੇਜਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਨਿਹੰਗ ਪ੍ਰਥਾ ਬਾਰੇ ਇੰਨਾ ਕੁਝ ਦੱਸਿਆ ਸਾਡੇ ਸਰੋਤਿਆਂ ਨੇ ਇੰਨਾ ਕੁਝ ਦੱਸਿਆ ਜੋ ਕੁਝ ਸਾਨੂੰ ਨਹੀਂ ਪਤਾ ਸਾਡੇ ਲੋਕਾਂ ਨੂੰ ਨਹੀਂ ਸੀ ਪਤਾ ਪ੍ਰਥਾ ਬਾਰੇ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦੱਸੀਆਂ
ਤੇ ਅਸੀਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਵੀ ਜਾਵੇ ਨਾਲ ਹੋ ਜਾਵੇ ਸਿੱਧਾ ਸਿੰਘਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਤੇਗ ਫਤਿਹ ਗੁਰੂ ਨਾਨਕ ਪਾਤਸ਼ਾਹ ਹਰਮਦਾਨ ਫਤਿਹ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਜੀ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।